ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੁਝ ਸੀਕ੍ਰੇਟ ਫਾਈਲਾਂ ਨੂੰ ਘਰ ਲੈ ਜਾਣ ਕਰਕੇ ਬਵਾਦਾਂ ਦੇ ਵਿੱਚ ਲਗਾਤਾਰ ਘਿਰਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਫਾਈਲਾਂ ਵਾਪਸ ਕਰ ਦਿੱਤੀਆਂ ਸੀ ਪਰ ਹੁਣ ਫਿਰ ਉਹਨਾਂ ਦੇ ਘਰ ਤਲਾਸ਼ੀ ਲਈ ਗਈ ਸੀ ਕਿ ਤਾਂ 6 ਹੋਰ ਫਾਈਲਾਂ ਬਰਾਮਦ ਹੋਈਆਂ। ਕਰੀਬ 13 ਘੰਟੇ ਇਹ ਤਲਾਸ਼ੀ ਚੱਲੀ ਸੀ ਜਿਸ ਦੇ ਦੌਰਾਨ ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਇਹਨਾਂ ਫਾਈਲਾਂ ਨੂੰ ਜ਼ਬਤ ਹੋਣ ਕਰ ਲਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਡੈਲਾਵੇਅਰ ਸਥਿਤ ਘਰ ਤੋਂ 6 ਹੋਰ ਖੂਫੀਆ ਫਾਈਲਾਂ ਬਰਾਮਦ ਹੋਈਆਂ। ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਕਰੀਬ 13 ਘੰਟੇ ਦੀ ਜਾਂਚ ਮਗਰੋਂ ਇਹਨਾਂ ਫਾਈਲਾਂ ਨੂੰ ਸਬਤ ਕੀਤਾ।